ਤਰੀ ਦੇ ਵਸਨੀਕ ਸਾਈਮਨ ਮੈਕਨੀਲ ਦੀ $1 million ਲੋਟੋ ਮੈਕਸੀ ਲੋਟਰੀ ਨਿਕਲੀ ਹੈ। ਸਾਈਮਨ ਨੇ ਇਹ ਟਿਕਟ ਡੈਲਟਾ ਦੇ ਇੱਕ ਸਟੋਰ ਤੋਂ ਖਰੀਦੀ ਸੀ ਜਦੋਂ ਉਹ ਗੱਡੀ ਵਿੱਚ ਗੈਸ ਪਵਾਉਣ ਲਈ ਰੁਕਿਆ ਸੀ। ਲੋਟਰੀ ਨਿਕਲਣ ਤੋਂ ਬਾਅਦ ਸਾਈਮਨ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਤੇ ਕਿਹਾ ਕਿ ਉਹ ਜ਼ਿਆਦਾ ਭਵਿੱਖ ਦੇ ਬਾਰੇ ਨਹੀਂ ਸੋਚਦਾ। ਸਾਈਮਨ ਨੇ ਕਿਹਾ ਕਿ ਫਿਲਹਾਲ ਉਹ ਇਹਨਾਂ ਪੈਸਿਆਂ ਦੇ ਨਾਲ ਆਪਣੇ ਬੱਚਿਆਂ ਨਾਲ ਡਿਜ਼ਨੀਲੈਂਡ ਜਾ ਕੇ ਆਨੰਦ ਮਾਣ